ਬਾਈ ਜੀ ਤੁਹਾਨੂੰ ਦਿਖਾਉਂਦੇ ਆ ਜਿਹੜਾ ਫੂਡ ਟਰੱਕ ਜਲਦ ਖੁੱਲਣ ਜਾ ਰਿਹਾ ਤੁਹਾਡੇ ਕੋਲੇ ਜੀ ਤਰੀਕੇ ਦੇ ਨਾਲ ਜਿਹੜਾ ਜੀ ਤੰਦੂਰ ਵੀ ਬਾਈ ਜੀ ਦਾ ਆ ਗਿਆ ਤੰਦੂਰ ਆ ਗਿਆ ਜੀ ਸਾਰਾ ਦੇਖੋ ਤੁਹਾਨੂੰ ਤੰਦੂਰ ਬਣਾ ਕੇ ਪਹਿਲਾਂ ਨਹੀਂ ਰੱਖਿਆ ਏ ਉਦੋਂ ਹੀ ਤੁਹਾਡੇ ਸਾਹਮਣੇ ਵੀ ਬਣਾ ਸਕਦੇ ਆ ਤੁਸੀਂ ਮੈਨੂੰ ਆਹ ਮੀਟਰ ਪੀਸ ਬਣਾ ਕੇ ਦੇ 10 ਮਿੰਟ ਰੁਕੋ ਦੋਸਤੋ ਤੁਹਾਨੂੰ ਉਹ ਹੀ ਪੀਸ ਮੈਂ ਬਣਾ ਕੇ ਦਿੰਦਾ ਲੋ ਜੀ ਦੋਸਤੋ ਸਤਿ ਸ਼੍ਰੀ ਅਕਾਲ ਤੇ ਆਪਾਂ ਇਸ ਵਕਤ ਲੋਸਟ ਸੇਲ ਟਰੈਵਲ ਸੈਂਟਰ ਬਾਈ ਹਰਜਾਪੁਰਾਂ ਦੇ ਇਸ ਟਰੈਵਲ ਸੈਂਟਰ ਦੇ ਉੱਤੇ ਖੜੇ ਆ ਤੁਹਾਨੂੰ ਦੱਸਦੇ ਆ ਕਿ ਪਿਛਲੀ ਵਾਰੀ ਵੀ ਜਦੋਂ ਮੈਂ ਇੱਥੇ ਆਇਆ ਸੀਗਾ ਤਾਂ ਤੁਹਾਨੂੰ ਦੱਸਿਆ ਸੀ ਇੱਥੇ ਕੀ ਫੈਸਿਲਿਟੀਜ਼ ਨੇ ਕੀ ਕੁਝ ਹੈ ਸੋ ਤਮਾਮ ਜਾਣਕਾਰੀ ਤੁਹਾਨੂੰ ਦੇਵਾਂਗੇ ਤੇ ਇੱਥੇ ਪੰਜਾਬੀ ਢਾਬਾ ਵੀ ਆ ਗਿਆ ਜੀ ਮੈਕਸੀਕਨ ਫੂਡ ਵੀ ਆ ਉਹ ਟਰੱਕ ਜਿਹੜਾ ਬਲੈਕ ਸਾਹਮਣੇ ਖੜਾ ਉਹ ਪੰਜਾਬੀ ਢਾਬਾ ਆ ਗਿਆ ਤੇ ਇਸ ਦੇ ਨਾਲ ਹੀ ਪ੍ਰਾਈਵੇਟ ਸਕੇਲ ਵੀ ਜਿਹੜਾ ਹੈਗਾ ਆ ਗਿਆ ਤੇ ਤਮਾਮ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਨੌਜ਼ਲਾਂ ਨੇ ਸੋ ਲੋਸਟਲ ਟਰੈਵਲ ਸੈਂਟਰ ਦੇ ਉੱਤੇ ਆਪਾਂ ਇਸ ਵਕਤ ਖੜੇ ਆ ਬਾਈ ਜੀ ਹਰਜਾਪੁਰੀ ਖੜੇ ਆ ਸਾਰੇ ਹੈਗੇ ਆ ਵਿੱਕੀ ਬਾਈ ਜੀ ਨੇ ਤੇ ਆਪਾਂ ਇਹਨਾਂ ਤੋਂ ਪੁੱਛਦੇ ਆ ਵਿੱਕੀ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਅੱਛਾ ਇੱਥੇ ਹੁਣ ਤੁਸੀਂ ਪੰਜਾਬੀ ਢਾਬਾ ਲਿਆ ਰਹੇ ਹੋ ਹਾਂਜੀ ਹਾਂਜੀ ਤੇ ਕੀ ਕੁਛ ਹੋਊਗਾ ਇੱਥੇ ਮੋਸਟਲੀ ਆਪਣਾ ਪਿਓਰ ਪੰਜਾਬੀ ਫੂਡ ਹੋਏਗਾ ਜੀ ਤੇ ਨਾਨ ਹੋਣਗੇ ਨਾਲ ਸਬਜ਼ੀਆਂ ਹੋਣਗੀਆਂ ਆਪਣੀਆਂ ਜਿਹੜੇ ਪੰਜਾਬੀ ਓਰੀਜਨਲ ਫੂਡ ਆ ਜੋ ਆਪਾਂ ਅੰਦਰ ਚੱਲਦੇ ਆ ਥੋੜੇ ਜਿਹੇ ਆਵਾਜ਼ ਜ਼ਿਆਦਾ ਬਾਹਰ ਨਾਲੇ ਸਟੋਰ ਪਿੱਛੋਂ ਦੇਖ ਲਿਓ ਤੁਸੀਂ ਤੇ ਸਾਰਾ ਕੁਝ ਕਰਦੇ ਆ ਦੱਸਦੇ ਆਪਾਂ ਹਾਂਜੀ ਹਾਂਜੀ ਤੇ ਆਪਣਾ ਇੱਥੇ ਬਹੁਤ ਟਰੱਕ ਸਟਾਪ ਆਪਣਾ ਬਹੁਤ ਵਧੀਆ ਹੈਗਾ ਜੀ ਤੇ ਅਸੀਂ ਹੁਣ ਟਰਾਈ ਕਰ ਰਹੇ ਆ ਕਿ ਇੱਥੇ ਇੰਡੀਅਨ ਫੂਡ ਦੀ ਬਹੁਤ ਮੰਗ ਹੈਗੀ ਆ ਤੇ ਇੰਡੀਅਨ ਫੂਡ ਦਾ ਖਾਣਾ ਲਾਣਾ ਸ਼ੁਰੂ ਕਰੀਏ ਬਣਾਉਣਾ ਆਪਣਾ ਟ੍ਰੇਲਰ ਸ਼ੁਰੂ ਹੋ ਰਿਹਾ ਹੈਗਾ ਏ ਤੇ ਅਗਲੇ ਮਹੀਨੇ ਆਲਮੋਸਟ ਸ਼ੁਰੂ ਹੋ ਜਾਣਾ ਤੇ ਫਿਰ ਆਪਾਂ ਪੂਰੇ ਸਬਜ਼ੀਆਂ ਦਾਲਾਂ ਤੇ ਬੱਕਰਾ ਤੇ ਨਾਨ ਸਾਰਾ ਕੁਛ ਰੋਟੀ ਆਪਣੇ ਫੁਲਕੇ ਸਾਰਾ ਕੁਛ ਮਿਲਿਆ ਕਰੂਗਾ ਇੱਥੇ ਪਰਾਂਠੇ ਸਾਰਾ ਕੁਛ ਆਪਾਂ ਸ਼ੁਰੂ ਕਰਨ ਦੇ ਮੈਨਿਊ ਬਣਨ ਦੀ ਤਿਆਰੀ ਹੋ ਰਹੀ ਹੈ ਸਾਰਾ ਕੁਛ ਅਗਲੇ ਮਹੀਨੇ ਤੱਕ ਅੱਛਾ ਟਰੱਕ ਆ ਗਿਆ ਇੱਥੇ ਹਾਂਜੀ ਟਰੱਕ ਆ ਗਿਆ ਜੀ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਸਾਰਾ ਕੁਛ ਤਿਆਰੀ ਹੋ ਰਹੀ ਹੈ ਥੋੜਾ ਇੱਕ ਮਹੀਨੇ ਤੱਕ ਸਾਰਾ ਮਹੀਨਾ ਮਤਲਬ ਕਿ ਜੁਲਾਈ ਦੇ ਵਿੱਚ ਤੁਸੀਂ ਸ਼ੁਰੂ ਕਰ ਦਿਓ ਹਾਂਜੀ ਹਾਂਜੀ ਤੇ ਪਹਿਲੀ ਜੁਲਾਈ ਤੋਂ ਸ਼ੁਰੂ ਹੋ ਜਾਏਗਾ ਹਾਂਜੀ ਹਾਂਜੀ ਤੇ ਜੇ ਕੋਈ ਬੰਦਾ ਅੱਗੇ ਖਾਣਾ ਪੈਕ ਕਰਾ ਕੇ ਜਾਣਾ ਚਲਾਵੇ ਤੁਹਾਨੂੰ ਜਿੰਨਾ ਮਰਜ਼ੀ ਉਹ ਸਾਨੂੰ ਮੈਂ ਸਾਰਾ ਕੁਝ ਫੋਨ ਨੰਬਰ ਤੇ ਸਾਰਾ ਕੁਝ ਥੋੜੇ ਦੇਰ ਵਿੱਚ ਡਿਸਕ੍ਰਿਪਸ਼ਨ ਚ ਪਾ ਦਾਂਗੇ ਆਪਾਂ ਸਾਰਾ ਕੁਝ ਦੱਸਾਂਗੇ ਤੇ ਫਿਰ ਤੁਸੀਂ ਜਦੋਂ ਮਰਜ਼ੀ ਫੋਨ ਕਰ ਸਕਦੇ ਆ ਤੇ ਆਰਡਰ ਕਰ ਸਕਦੇ ਆ ਪਹਿਲਾਂ ਵੀ ਤੇ ਰੋਟੀ ਅਗਰ ਤੁਹਾਨੂੰ ਚਾਹੀਦੀ ਆ ਪੈਕ ਵੀ ਕੋਈ ਪ੍ਰੋਬਲਮ ਨਹੀਂ ਜਦੋਂ ਮਰਜ਼ੀ ਅਸੀਂ ਰੈਡੀ ਕਰਕੇ ਤੁਹਾਨੂੰ ਸਾਡੇ ਤੱਕ ਪਹੁੰਚਦੀ ਕਰ ਸਕਦੇ ਆ ਜਦੋਂ ਮਰਜ਼ੀ ਜੀ ਤੇ ਆਪਾਂ ਨਾਲੇ ਫੂਡ ਟਰੱਕ ਵੀ ਦਿਖਾਉਣੇ ਨਾਲੇ ਤੁਹਾਨੂੰ ਬਾਈ ਜੀ ਦਾ ਇਹ ਜਿਹੜਾ ਹੈਗਾ ਵਿੱਚੇ ਠੇਕਾ ਜੀ ਤੇ ਵਿੱਚੇ ਤੁਹਾਡੇ ਇੱਥੇ ਤੁਹਾਨੂੰ ਮਿਲ ਜਾਣਗੇ ਜਿਹਨੇ ਤੁਹਾਨੂੰ ਗੈਜਟ ਚਾਹੀਦੇ ਆ ਜੰਪ ਸਟਾਰਟ ਹੈ ਤੁਹਾਡੇ ਹੈੱਡਫੋਨ ਨੇ ਨੋਇਜ਼ ਕੈਂਸਲ ਹੈੱਡਫੋਨ ਨੇ ਗਾਰਮਿਨ ਦਾ ਜਿਹੜਾ ਤੁਹਾਡਾ ਆਪਣੇ ਸਾਰਾ GPS ਵਗੈਰਾ ਸਾਰਾ ਕੁਝ ਤੁਹਾਨੂੰ ਇੱਥੇ ਮਿਲੂਗਾ ਤੇ ਇਸ ਦੇ ਨਾਲ ਹੀ ਕੋਈ ਹੋਰ ਸਪੇਅਰ ਪਾਰਟ ਆ ਬਾਕੀ ਚਾਹ ਵੀ ਸ਼ੁਰੂ ਹੋ ਗਈ ਹੈ ਜੀ ਹੁਣ ਇੱਥੇ ਤੁਸੀਂ ਚਾਹ ਜਿਹੜੀ ਹੈ ਤੁਸੀਂ ਲੈ ਸਕਦੇ ਹੋ ਫ੍ਰੀ ਟੀ ਹੈ ਜਿਹੜੀ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਫ੍ਰੀ ਵਾਸ਼ ਆਪਣੇ ਜਿਹੜਾ ਹੈਗਾ ਆਪਣੇ ਨਹਾਉਣ ਦਾ ਇੰਤਜ਼ਾਮ ਹੈਗਾ ਸ਼ਾਵਰ ਹੈਗਾ ਤੇ ਇਸ ਤਮਾਮ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਵੀ ਤੁਹਾਨੂੰ ਜਿੰਨੀ ਅਸੈਸਰੀਜ਼ ਚਾਹੀਦੀਆਂ ਬੜੀਆਂ ਵਾਜਬ ਰੇਟ ਤੇ ਹੈਗੀਆਂ ਨੇ ਸੋ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਟਰੱਕਰ ਵੀਰ ਜਿੰਨੇ ਇਸ ਵਕਤ ਦੇਖ ਰਹੇ ਨੇ ਸਾਨੂੰ ਤੇ ਆਪਾਂ ਨਾਲ ਦੀ ਨਾਲ ਜਿਹੜਾ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ ਹਰਜਾਬ ਬਾਈ ਜੀ ਵੀ ਨਾਲ ਚੱਲਦੇ ਆਪਣੇ ਸੋ ਖੜੇ ਆ ਆਓ ਆਪਾਂ ਟਰੱਕ ਦੇਖ ਰਹੇ ਆ ਸਾਰਾ ਤੇ ਨਾਲ ਦੀ ਨਾਲ ਸਾਰਾ ਦੱਸਣਗੇ ਤੇ ਹਰਜਾਬ ਬਾਈ ਜੀ ਹੋਰੀ ਵੀ ਖੜੇ ਆ ਸਟਾਫ ਖੜਾ ਇਹਨਾਂ ਦਾ ਸੋ ਸਾਰੀ ਗੱਲਬਾਤ ਚੱਲ ਰਹੀ ਆ ਨਾਲ ਹੋਰ ਰੈਨੋਵੇਸ਼ਨ ਹੋ ਰਹੀ ਆ ਤੇ ਤੁਹਾਨੂੰ ਰਿਲੇਟਡ ਜਿਹੜੇ ਨੇ ਇੱਥੇ ਮੈਗਜ਼ੀਨਸ ਵਗੈਰਾ ਵੀ ਜਿਹੜੀਆਂ ਫਿਲ ਕੀਤੀਆਂ ਜਾ ਰਹੀਆਂ ਤੇ ਦੇਖੋ ਹੁਣ ਕੀ ਕੁਛ ਤੁਹਾਨੂੰ ਚਾਹੀਦਾ ਕ੍ਰੋਨੀਕਲ ਚਾਹੀਦਾ ਟਰੱਕਾਂ ਸੰਬੰਧੀ ਜਿਹੜੀ ਆ ਟਰੱਕ ਸੇਲ ਆ ਜਿਹੜੀ ਉਹ ਤੁਸੀਂ ਲੈ ਸਕਦੇ ਹੋ ਤਮਾਮ ਫਿਲਿੰਗ ਹੈਗੀ ਆ ਸੋ ਤੁਸੀਂ ਆ ਜਾਓ ਆਪਾਂ ਟਰੱਕ ਦੇਖਦੇ ਹਾਂ ਜੀ ਪਹਿਲਾਂ ਫੂਡ ਟਰੱਕ ਦੇਖਦੇ ਹਾਂ ਸੋ ਆਪਾਂ ਜੀ ਇਹ ਮੈਕਸੀਕਨ ਫੂਡ ਵੀ ਹੈਗਾ ਤੁਸੀਂ ਇੱਥੇ ਦੇਖ ਸਕਦੇ ਹੋ ਜੋ ਜੋ ਤੁਹਾਨੂੰ ਇੱਥੇ ਮਿਲਣਾ ਚਾਹੀਦਾ ਬਿਲਕੁਲ ਆ ਦੇਖੋ ਤੁਹਾਨੂੰ ਦਿਖਾਉਣੇ ਆ ਹਾਈਵੇ 5 ਦੇ ਉੱਤੇ ਆ ਜੀ ਤੇ ਐਗਜ਼ਿਟ ਵੀ ਤੁਹਾਨੂੰ ਦੱਸਾਂਗੇ 278 ਐਗਜ਼ਿਟ ਦੇ ਉੱਤੇ ਆ ਜੀ ਆਪਾਂ ਤੇ ਹੈਂਜੀ 46-5 ਤੇ ਸੋ ਲੋਸਟ ਹਿੱਲ ਦਾ ਇਹ ਹੈਗਾ ਜੀ ਤੇ ਬਾਈ ਜੀ ਤੁਹਾਨੂੰ ਦਿਖਾਉਂਦੇ ਆ ਜਿਹੜਾ ਫੂਡ ਟਰੱਕ ਜਲਦ ਖੁੱਲਣ ਜਾ ਰਿਹਾ ਤੁਹਾਡੇ ਕੋਲੇ ਸੋ ਤਮਾਮ ਫੂਡ ਟਰੱਕ ਨੂੰ ਅੰਦਰੋਂ ਅਸੀਂ ਦਿਖਾਵਾਂਗੇ ਵੀ ਕਿੱਦਾਂ ਵਧੀਆ ਇਸ ਤਰ੍ਹਾਂ ਤੁਹਾਨੂੰ ਇਹ ਮਿਲਣਾ ਸਾਰਾ ਕੁਝ ਤੇ ਬਿਲਕੁਲ ਹਾਈਜੀਨ ਤਰੀਕੇ ਦੇ ਨਾਲ ਜਿਹੜਾ ਜੀ
तंदूर भी बाई जी का आ गया, तंदूर आ गया जी सारा। देखो तुहानू तंदूर दिखाउणे आ, तंदूरी रोटियां, नान, परांठे है जी, सारा कुछ हैगा। की कुछ पालोगे जी? बाई जी ने दस्सिया वी तंदूर दे विच जिहड़े तुसीं तवे वाले फुलके भी दोगे फिर? हां तवे वाले फुलके, नान, तंदूर विच नान लगणगे, तवे वाले फुलके बणनगे दूजे पासे। दूजे पासे अच्छा, इत्थे नान अपने मिक्स नान, अनियन कुलचा, आलू नान ओ मिलणगे, गार्लिक नान मिलेगा तंदूर विच, ते जिहड़े फुलके आ ओ अपने स्पेशल फ्रेश उत्ते बणनगे। ते तुहानू आर्डर किन्नी देर पहलां दस्सण जे पैक करा के जाणा? 20-25 बाजूगा, क्योंकि जे तुसी रात रुकना इथे है जी, ते थां भी वाह वाह ट्रक लग जांदा, कितना 100-200 ट्रक लग जांदा, 100-200 ट्रक लग जांदा इस तरह, जेहड़ा तुहानू इथे बड़ा हाइजीनिक। हां फोटो ही भेजो जी। हां अच्छा, मच्छी दे पकौड़े भी ओके, अपनी इंडियन बीयर भी इथे लिया रहे हैं। अच्छा ठेके ते ठंडी चिल पूरी नाल मच्छी पकौड़े सारा कुछ ਵੀ ਪਿਕਨਿਕ ਸਪੌਟ ਬਣਾ ਦੇਣਾ ਚਾਹਾਂ ਪੂਰਾ ਹੀ। ਬਾਰਬੀਕਿਊ ਵੀ ਹੌਲੀ ਹੌਲੀ ਸ਼ੁਰੂ ਕਰਨਾ, ਬਾਰਬੀਕਿਊ ਵੀ ਸਾਡੇ ਕੋਲ ਪੂਰਾ ਬਣਿਆ ਪਿਆ, ਉਹ ਵੀ ਤਿਆਰ। ਅੱਛਾ ਤਿਆਰ ਹੈ, ਸਾਡੀ ਆਪਣੀ ਸਪੈਸ਼ਲ ਫਰੈਸ਼ ਬਾਰਬੀਕਿਊ ਕਰੀਦਾ ਸੀ, ਫਟ ਪਲੇਟ ਤੋਂ ਉੱਤੇ ਹੀ ਸੀਖ ਵਿੱਚੋਂ ਕੱਢ ਕੇ ਮੀਟ ਮਿਲੂਗਾ। ਓਕੇ ਸਲੈਕਸ਼ਨ ਸੀ, ਤੁਸੀਂ ਦੱਸੋ ਕਿਹੜੀ ਸਾਨੂੰ ਸੀਖ ਚਾਹੀਦੀ, ਉੱਥੋਂ ਹੀ ਟਿੱਕਾ ਉਹ ਹੀ ਟਿੱਕਾ ਸਾਨੂੰ ਮਿਲ ਜਾਏਗਾ। ਕੋਈ ਐਨ ਵਧੀਆ ਫਰੈਸ਼ ਕੋਈ ਬਣਾ ਕੇ ਪਹਿਲਾਂ ਨਹੀਂ ਰੱਖਿਆ, ਉਦੋਂ ਹੀ ਤੁਹਾਡੇ ਸਾਹਮਣੇ ਵੀ ਬਣਾ ਸਕਦੇ ਆ ਤੁਸੀਂ। ਮੈਨੂੰ ਆਹ ਮੀਟ ਪੀਸ ਬਣਾ ਕੇ ਦੇ, 10 ਮਿੰਟ ਰੁਕੋ, ਤੁਸੀਂ ਸਾਨੂੰ ਉਹੀ ਪੀਸ ਮੈਂ ਬਣਾ ਕੇ ਦਿੰਦਾ। ਚਲੋ ਸੋ ਆਓ ਜੀ, ਤੁਹਾਨੂੰ ਦਿਖਾਉਣੇ ਆ ਬਾਹਰ, ਆ ਦੇਖੋ ਆ ਤੰਦੂਰ ਆ ਗਿਆ ਜੀ, ਠੀਕ ਹੈ, ਐਨ ਜਮਾ ਆਪਣਾ ਜਿਵੇਂ ਪਿੰਡਾਂ ਚ ਉੱਥੋਂ ਮੰਗਾਇਆ ਹੁੰਦਾ, ਤੇ ਇਹ ਸਾਰੀਆਂ ਜਿਹੜਾ ਤੁਹਾਨੂੰ ਦਿਖਾਉਣੇ ਆ। ਸੋ ਹਾਈਵੇ ਫੇਰ ਦੇਖ ਲਓ ਤੁਸੀਂ, ਇਹ ਹਾਈਵੇ ਤੇ ਆ, ਹਾਈਵੇ 5 ਤੇ 46 ਐਗਜ਼ਿਟ 278 ਐਗਜ਼ਿਟ ਤੇ ਆ ਜੀ। ਦੇਖੋ ਆ ਉਧਰ ਆਰਕੋ ਆ, ਤੇ ਇਧਰ AM ਬੈਸਟ ਹੈ ਜੀ, ਤੇ ਲਿਕਰ ਆ, AM PM ਹੈ ਜੀ, ਡੇਰੀ ਕੁਈਨ ਹੈ, ਗ੍ਰਿਲ, ਤੇ ਇੱਥੇ ਤਮਾਮ ਦੇਖੋ ਕਿੰਨਾ ਖੁੱਲਾ ਥਾਂ, ਪਿੱਛੇ ਤੁਸੀਂ ਜੋ ਮਰਜ਼ੀ ਦੇਖੋ, ਉਹ ਸਾਹਮਣੇ ਸਰਟੀਫਾਈਡ ਸਕੇਲ ਵੀ ਆ ਗਿਆ, ਉਹ ਦੇਖੋ ਹੁਣ ਤੁਸੀਂ ਐਨ ਤੁਸੀਂ ਨੋਟ ਕਰਕੇ ਦੇਖੋ, ਸਰਟੀਫਾਈਡ ਸਕੇਲ ਆ ਗਿਆ, ਤੇ ਉਹ ਪੈਸੇਫਿਕ ਪ੍ਰਾਈਡ ਹੋਰ ਹੈ ਜੀ ਤੇਲ ਕੋਈ ਹੋਰ ਦਾ ਆ ਗਿਆ। ਸੋ ਦੇਖੋ ਤੁਸੀਂ ਟਰੱਕਾਂ ਦੇ ਟਰੱਕ ਜਿਹੜੇ ਇਸ ਟਾਈਮ ਦੇਖ ਲਓ, ਪੂਰੇ 1, 2, 3, 4, 5, 6, 7 ਟਰੱਕ ਆ ਜਿਹੜੇ ਐਟ ਆ ਟਾਈਮ ਲੈ ਰਹੇ ਆ। ਸੋ ਤਮਾਮ ਤੁਹਾਨੂੰ ਫੇਰ ਦਿਖਾ ਦਿੰਦੇ ਆ ਜੀ, ਇਸ ਵਕਤ ਤੁਸੀਂ ਸਾਡੇ ਨਾਲ ਜੁੜੇ ਹੋ, ਤੇ ਆਹ ਟਰੱਕ ਆ ਗਿਆ ਜੀ, ਤੇ ਉਹ ਆਪਣੇ ਜਿਹੜਾ ਆ ਗਿਆ ਜੀ ਮੈਕਸੀਕਨ ਫੂਡ ਆ ਗਿਆ। ਸੋ ਇਸੇ ਤਰ੍ਹਾਂ ਤੁਸੀਂ ਜਿਹੜਾ ਦੇਖ ਸਕਦੇ ਹੋ, ਟਾਇਰ ਸ਼ੋਪ ਵੀ ਨਾਲ ਆ, ਤੇ ਇੱਥੋਂ ਸਾਰਾ ਤੁਹਾਨੂੰ ਕੋਈ ਹਰ ਤਰ੍ਹਾਂ ਦੀ ਇੱਥੇ ਤੁਹਾਨੂੰ ਫੈਸਿਲਿਟੀ ਹੈਗੀ ਆ। ਦੇਖੋ ਕਿੰਨਾ ਖੁੱਲਾ ਥਾਂ, ਕਿੱਡਾ ਵੱਡਾ ਟਰੱਕ ਸਟਾਪ ਹੈ ਜੀ। ਸੋ ਲਾਸਟਲ ਟਰੈਵਲ ਸੈਂਟਰ ਹੈ ਜੀ, ਉਹ ਤੁਹਾਨੂੰ ਹਾਈਵੇ ਦੇ ਉੱਤੇ ਉਹ ਬੋਰਡ ਦਿਸੂਗਾ। ਹਾਂ ਇੱਕ ਇਹ ਧਿਆਨ ਰੱਖੋ, ਤੇ ਸਫੈਦੇ ਬੜੀ ਵਧੀਆ ਨਿਸ਼ਾਨੀ ਨੇ, ਦੋਵੇਂ ਪਾਸੇ ਸਫੈਦੇ ਆ ਜੀ, 10-10 ਕਿੱਲੇ ਲਾਉਣ ਤੇ। ਸੋ ਇਹ ਧਿਆਨ ਰੱਖੋ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੇ ਆਪਾਂ ਮਿਲਦੇ ਹਾਂ ਫਿਰ ਲਾਸਟਲ ਟਰੈਵਲ ਸੈਂਟਰ ਤੇ ਵੀ। ਸੋ ਬਾਈ ਜੀ ਹੋਰੀ ਮੇਰੇ ਨਾਲ ਨੇ ਸਾਰੇ, ਧੰਨਵਾਦ ਜੀ, ਸ਼ੇਅਰ ਕਰ ਦਿਓ ਵੱਧ ਤੋਂ ਵੱਧ।